ਪੈਟਰੋਲ ਪਿਆਇਆ ਨੇ, ਪੈਟਰੋਲ ਪਿਆ ਇਹ ਨੇ, ਵੇਖੋ ਤੇ ਸ਼ਲਵਾਰ ਲਾ, ਵੇਖੋ ਇੱਥੇ ਕਰੰਟ ਲਾਇਆ ਨੇ, ਸਾਰੇ ਕਾਲੀ ਸ਼ਾਹ ਜਗ੍ਹਾ ਹੋਈ ਪਈ ਹੈ, ਇਹ ਸਾਰੇ ਕਰੰਟ ਲਾ, ਇਹ ਉਂਗਲੀ ਤੋੜ ਦਿੱਤੀ ਨੇ, ਵੇਖੋ ਵੇਖੋ ਪੈਸੇ ਸਾਡੇ ਕੋਲ ਮੰਗਦੇ ਜੇ ਇੱਕ ਥਾਣੇ ਨੂੰ ਦੇਗਾ ਦੂਸਰੇ ਥਾਣੇ ਨੂੰ ਭੇਜ ਦਿੰਦੇ ਨੇ, ਪਿੱਛੇ ਇਹਦੇ ਵੀ ਕੰਢ ਵੇਖੋ, ਆਹ ਵੇਖੋ ਮੋਬਾਇਲ ਚ ਫੋਨ ਕਰਾਉਂਦੇ, ਇਹਦੀ ਮਾਂ ਨਹੀਂ ਹੈ, ਇਹਦਾ ਬਾਪ ਨਹੀਂ ਹੈ, ਇੱਕ ਭਰਾ ਅਬ ਨਾਰਮਲ ਹੈਗਾ, 2 ਲੱਖ ਰੁਪਿਆ ਅਸੀਂ ਅੱਗੇ ਦੇ ਚੁੱਕੇ ਆ, 65,000 ਰੁਪਿਆ ਸਾਡੇ ਕੋਲ ਫਿਰ ਲਿਆ, ਜ਼ਿਲ੍ਹਾ ਥਾਣਾ ਲੈ ਲੈਂਦਾ, ਉਸ ਤੋਂ ਬਾਅਦ ਅਗਲੇ ਥਾਣੇ ਚ ਭੇਜ ਦਿੰਦੇ ਨੇ, ਉਹ ਕਹਿੰਦੇ ਨੇ ਦਿਆ ਵੀ FIR ਵੀ FIR, ਉਹਨਾਂ ਅਸੀਂ ਮਾਰ ਮਾਰ ਕੇ ਸਾਡੇ ਕੋਲ ਪੈਸੇ ਲੈਂਦੇ, ਅਸੀਂ ਕਿੱਥੋਂ ਪੈਸੇ ਦੇਈਏ, ਮਾਂ ਬਾਪ ਹੁੰਦਾ ਹੈ ਨਹੀਂ, ਅਸੀਂ ਲੋਕਾਂ ਕੋਲ ਫੜ ਤਾਰ ਕੇ ਤੇ ਅਸੀਂ ਦਿੰਦੇ, ਉਲਟਾ ਸਾਡੇ ਘਰਾਂ ਵਿੱਚ ਆ ਸਾਰਾ ਕੁਝ ਸਾਡਾ ਤੋੜ ਦਿੰਦੇ ਨੇ, ਚੁੱਕ ਕੇ ਲੈ ਜਾਂਦੇ ਨੇ, ਇਹ ਪੁਲਿਸ ਜੇ ਵੇਖੋ ਨਾ ਮਲੂਮ ਪਰਚਾ ਦੇ ਚੁੱਕ ਚੁੱਕ ਉਲਟਾ, ਕਹਿੰਦੇ ਨੇ ਪੁਲਿਸ ਮੁਕਾਬਲਾ ਕਰ ਦੇਣਾ, ਤੁਸੀਂ ਦੱਸੋ ਇਹ ਮੇਰਾ ਭਾਈ ਜੇ, ਅਸੀਂ ਗਏ ਸੀ ਕਿੰਨੇ ਅਪੀਲ ਕਰੀਏ, ਇਹ ਪੁਲਿਸ ਜੇ ਵੇਖੋ ਜਿਹੜੇ ਮੁਜਰਮ ਨੇ ਉਹਨਾਂ ਨੂੰ ਛੱਡ ਦਿੰਦੇ ਨੇ, ਤੇ ਅਸੀਂ ਪੈਸੇ ਦੇਈਏ, ਇਸ ਮੁੰਡੇ ਕੋਲ ਪੈਸੇ ਲੈ ਰਿਹਾ ਵੇਖੋ, ਇਹਨਾਂ ਕੋਲ ਪੈਸੇ ਲੈ ਨੇ, ਇਹਨਾਂ ਨੇ ਕੁਛ ਵੀ ਨਹੀਂ ਅੱਗੇ ਲਾ ਵੇਖੋ, ਇਹਨਾਂ ਕੋਲ ਪਤਾ ਨੀ 2 ਲੱਖ ਰੁਪਿਆ ਲਿਆ ਨੇ, ਕਿੰਨੇ ਕਿੰਨੇ 2 ਲੱਖ ਲਿਆ, 50,000 ਇੱਕ ਨੇ ਲਿਆ ਹੈ, ਪਿਛਲੇ ਥਾਣੇ ਨੇ ਲਿਆ ਹੈ, ਇਹਨੂੰ ਇਹਨੇ ਮਾਰਿਆ, ਇੱਕ ਅਬਦੁਲ ਖਾਲਕ, ਇੱਕ ਸਿਕੰਦਰ ਮੁੰਡਾ, ਉਹ ਡਾਟੇ ਕਰਦਾ ਉਹ ਫੜਦਾ ਜੀ, ਸਿਕੰਦਰ ਨਾਮ ਦਾ ਮੁੰਡਾ ਜੇ ਇੱਕ ਅਬਦੁਲ ਖਾਲਕ, ਮੇਨ ਉਹਨਾਂ ਸਭ ਤੋਂ ਪਹਿਲਾਂ ਮੁੰਡਾ ਨੂੰ ਪਤਾ ਸਾਡੇ ਘਰੋਂ ਸੁੱਤੇ ਮੈਨੂੰ ਚੁੱਕ ਕੇ ਲੈ ਗਏ ਨੇ, ਉਹਨੇ ਚੁੱਕ ਕੇ ਸਾਨੂੰ ਪਤਾ ਹੀ ਨੀ ਹੈਗਾ, ਉਹਨੂੰ ਚੁੱਕ ਕੇ ਲਿਜਾ ਦੋ ਨਾ ਮਾਰ ਮਾਰ ਕੇ, ਤੇ ਵੇਖੋ ਸਾਨੂੰ 3 ਦਿਨਾਂ ਬਾਅਦ ਮੇਰੇ ਮੋਬਾਈਲ ਚ ਰਿਕਾਰਡਿੰਗਾਂ ਮੌਜੂਦ ਨੇ, ਫਿਰ ਸਾਨੂੰ ਫੋਨ ਕਰਾਇਆ ਨੇ, ਪੈਸੇ ਦੇ ਦੋ ਨੇ ਤੇ ਸਿਰ ਨੂੰ ਮਾਰ ਦਿਆਂਗੇ, ਅਸੀਂ ਸਾਰਿਆਂ ਕੋਲ ਪਾਰ ਕੇ ਭੈਣਾਂ ਭਰਾਵਾਂ ਕੋਲ, ਸਾਡਾ ਮਾਂ ਬਾਪ ਨਹੀਂ ਹੈਗਾ, ਤੇ ਇਹ ਮੁੰਡੇ ਦਾ ਹਾਲ ਕਰਦੇ ਪਏ, ਇੱਕ ਥਾਣੇ ਨੂੰ ਅਸੀਂ ਇੰਨੇ ਪੈਸੇ ਦੇ ਚੁੱਕੇ ਆ, ਵੇਖੋ ਨਾ ਹੱਥ ਤੋੜ ਦਿੱਤਾ ਨੇ, ਹੱਥ ਤੋੜ ਦਿੱਤੇ ਨੇ, ਹੱਡੀ ਤੋੜ ਦਿੱਤੀ ਨੇ, ਅੰਦਰ ਜੱਜ ਸਾਹਿਬ ਕੋਲ ਨੀ ਪੇਸ਼ ਕੀਤਾ, ਪੇਸ਼ ਕਰਾਇਆ ਜੱਜ ਸਾਹਿਬ ਕੋਲ, ਹਾਂਜੀ ਮੈਡੀਕਲ ਦੇ ਆਰਡਰ ਹੋ ਗਏ।